केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। पेपर देने के बाद 9वीं की 2 छात्राएं हुई गायब। जलंधर के लड़ोवाली रोड पर स्थित दुआबा खालसा स्कूल में 9वीं में पढ़ती 2 छात्राएं संदिग्ध परिस्थितियों में गायब हो गई। यह छात्राएं सुबह स्कूल में पेपर देने आई थी और पेपर देने के 11 बजे के करीब स्कूल से बाहर निकली और उसके बाद एकदम से गायब हो गई। गायब हुई एक लड़की की छोटी बहन के मुताबिक वह पेपर देने के बाद बाहर आई व कहा कि हम आते हैं, लेकिन वह वापस नहीं आई। लड़कियों के गायब होने के बाद लड़कियों के परिजन स्कूल पहुंचे व उन्होंने स्कूल प्रबंधकों से बात की तो उन्होंने कहा कि पेपर देने के बाद लड़कियां स्कूल से बाहर निकल गई, उनको लड़कियों के गायब होने की चिंता है। हंगामा बढ़ते देख थाना नवी बाराडरी की पुलिस भी मौके पर पहुंची और उनका कहना है कि वह जांच कर रहे हैं और लड़कियों को ढूंढने के लिए कोशिश कर रहे हैं। लड़की के परिजनों के मुताबिक स्कूल उनको सहयोग नहीं दे रहा। ਕੁੜੀਆਂ ਨੂੰ ਤੰਗ ਕਰਦਾ ਸੀਗਾ ਨਾ, ਹਾਂਜੀ, ਉਹ ਮੁੰਡਾ ਸਕੂਲੋਂ ਕੱਢ ਦਿੱਤਾ ਆ, ਉਹਨੂੰ ਪੁਲਿਸ ਫੜ ਕੇ ਲੈ ਗਈ ਹੈ। ਕਿੰਨੀ ਕਲਾਸ ਸੀਗਾ? ਕੋਈ 9th ਵਿੱਚ ਸੀਗਾ, 9ਵੀਂ ਕਲਾਸ ਦੇ ਵਿੱਚ। ਇਹ ਇੱਕੋ ਸਕੂਲ ਪੜ੍ਹਦੇ? ਇੱਕੋ ਸਕੂਲ 'ਚ ਪੜ੍ਹਦੇ ਸੀਗੇ, ਹੁਣ ਨਹੀਂ ਪੜ੍ਹਦਾ ਵਾ, ਪੇਪਰ ਚੱਲਦੇ ਪਰ ਮੁੰਡਾ ਸਕੂਲੇ ਨਹੀਂ ਆਉਂਦਾ, ਸਕੂਲ ਵਾਲਿਆਂ ਨੇ ਕੱਢਿਆ ਹੋਇਆ ਮੁੰਡਾ। ਅੱਛਾ, ਕਿੰਨੇ ਚਿਰ ਤੋਂ ਕੱਢੀ ਸੀ ਮੁੰਡੇ ਨੂੰ? ਆਹ ਪੇਪਰ ਹੋ ਗਏ 15-20 ਦਿਨ ਹੋ ਗਏ ਆ, ਆਈਡੀਆ ਸੀ ਆ। ਨਾਮ ਕੀ ਹੈ ਮੁੰਡੇ ਦਾ? ਮੁੰਡੇ ਦਾ ਮਨੀਸ਼ ਨਾਮ, ਮਨੀਸ਼ ਨਾਮ ਮੁੰਡੇ ਦਾ। ਤੇ ਤੁਹਾਡੀ ਬੇਟੀ ਦਾ ਨਾਮ ਕੀ ਹੈ? ਅੰਸ਼ਕਾ ਸ਼ਰਮਾ। ਦੋ ਬੇਟੀਆਂ ਨੇ? ਮੇਰੇ 3 ਬੇਟੀਆਂ ਹਨ। मैनूं 11:30 बजे पता लगा, जो पेपर खत्म होया वैन लगी हुई है, वैन वाला मुंडा कहता कि भाजी तुहाडी कुड़ियां साडे कोल खड़ियां सीगियां, 2 मिनट होने इत्थे सीगियां, 15 मिनट तो मैं लभदा नहीं, लभदियां नहीं पईयां। 11:30 ਦੇ ਪੇਪਰ ਖਤਮ ਹੋਇਆ, 11:32 ਦੇ ਉੱਪਰ ਟੈਂਪੂ ਬਾਹਰ ਖੜਾ ਸੀਗਾ, ਕੁੜੀਆਂ ਖੜੀਆਂ ਸੀ ਮੇਰੀਆਂ। ਤੁਹਾਨੂੰ ਕੀ ਲੱਗਦਾ ਕੁੜੀਆਂ ਕਿਸੇ ਨਾਲ ਗਈਆਂ ਕਿ ਕੋਈ ਉਹਨਾਂ ਨੂੰ ਲੈ ਕੇ ਗਿਆ? ਮੈਨੂੰ ਆਪਣੇ ਬੱਚੇ ਦਾ ਪਤਾ ਨਾ। ਕਿੱਥੇ ਰਹਿਣ ਵਾਲੇ? ਕਰੋਲ ਬਾਗੋ ਲਾਣੀ ਯੂਨੀਵਰਸਿਟੀ। ਕੀ ਨਾਮ ਹੈ ਤੁਹਾਡਾ? ਮੇਰਾ ਸ਼ਿਲੰਦਰ ਸ਼ਰਮਾ। ਕੀ ਕੰਮ ਕਰਦੇ? ਇਲੈਕਟ੍ਰੀਸ਼ਨ ਦਾ, ਮੇਰੀ ਬਿਜਲੀ ਦੁਕਾਨ ਹੈ। ਕਿਹੜੀ ਹੈ? ਗੁਲਨਾੜੀ ਯੂਨੀਵਰਸਿਟੀ, ਯੂਨੀਵਰਸਿਟੀ ਫਾਰਮ। ਆਹ ਜਿਹੜੀ ਕੁੜੀਆਂ ਅੱਜ ਲਾਪਤਾ ਹੋਈਆਂ ਹੈਗੀਆਂ, ਇਹ ਕੀ ਮਾਮਲਾ ਹੈ ਸਰ? ਬੇਟਾ ਪੇਪਰ ਦੇ ਕੇ ਸਕੂਲ ਤੋਂ ਚਲੇ ਗਈਆਂ ਸੀਗੀਆਂ ਅਤੇ ਸਕੂਲ ਤੋਂ ਜਾ ਕੇ ਆਪਣੇ ਆਟੋ 'ਚ ਕੁੜੀਆਂ ਨਹੀਂ ਬੈਠੀਆਂ ਅਤੇ ਮੈਂ ਵੀ ਕਿਸੇ ਫਰੈਂਡ ਦੇ ਘਰ ਚਲੇ ਗਈਆਂ ਹੁਣ ਆ, ਕਿਉਂਕਿ ਉਸ ਕੁੜੀ ਜਿਹੜੀਆਂ ਗਈਆਂ ਉਹਨਾਂ ਦੀ ਛੋਟੀ ਭੈਣ ਵੀ ਉੱਥੇ ਸੀਗੀ ਆਟੋ ਲਈ ਖੜੀ ਅਤੇ ਉਹ ਵੱਡੀ ਕਹਿ ਕੇ ਗਈ ਆ ਵੀ ਮੈਂ ਆਉਂਦੀ ਹਾਂ, ਫਿਰ ਆਪਾਂ ਚੱਲਦੇ ਹਾਂ। ਇੱਕ ਕੁੜੀਆਂ ਕਿੰਨੀ ਕਲਾਸ ਦੀਆਂ ਅਤੇ ਕੀ ਨਾਮ? 9ਵੀਂ ਜਮਾਤ ਦੀਆਂ ਕੁੜੀਆਂ ਸੀਗੀਆਂ। ਇੱਕ ਦਾ ਨਾਂ ਹੈਗਾ ਅੰਸ਼ਿਕਾ, ਦੂਸਰੀ ਦਾ ਨਾਂ ਕੀ ਹੈ? ਸ਼ਵਾਤੀ। 9th ਕਲਾਸ ਦੀਆਂ ਦੋਵੇਂ ਕੁੜੀਆਂ। ਕਦੋਂ ਪੇਪਰ ਦੇਣ ਆਏ ਸੀ? ਸੋਸ਼ਲ ਸਟੱਡੀ ਦਾ। ਅੱਛਾ, ਤੇ ਇਹ ਕਿੰਨੇ ਵਜੇ ਇੱਥੋਂ ਦੀ ਪੇਪਰ ਦੇ ਕੇ ਨਿਕਲੀਆਂ? 11:30, 11:30 ਇਹ ਪੇਪਰ ਦੇ ਕੇ ਬਾਹਰ ਨਿਕਲ ਗਈਆਂ ਸੀਗੀਆਂ। ਜਿਹੜੇ ਜਿਸ ਵਹੀਕਲ 'ਚ ਜਾਂਦੀ ਹੈ ਸਕੂਲ ਦਾ ਵਹੀਕਲ ਸੀ? ਨਹੀਂ ਨਹੀਂ, ਸਕੂਲ ਦਾ ਕੋਈ ਵਹੀਕਲ ਨਹੀਂ ਸੀਗਾ, ਉਹਨਾਂ ਦਾ ਆਪਣੇ ਪੇਰੈਂਟਸ ਹੀ ਅਰੇਂਜ ਕੀਤਾ ਹੋਇਆ ਸੀਗਾ। ਸਾਡੀ ਉਹਦੇ ਫਾਦਰ ਨਾਲ ਗੱਲ ਹੋਈ ਹੈਗੀ ਹੈ, ਅੰਸ਼ਿਕਾ ਦੇ ਫਾਦਰ ਨਾਲ, ਉਹ ਕਹਿ ਰਹੇ ਕਿ ਇੱਕ ਲੜਕਾ ਸੀਗਾ ਉਹਨੂੰ ਇੱਥੋਂ ਦੀ ਰੈਸਟੀਗੇਟ ਕੀਤਾ ਗਿਆ ਹੈਗਾ ਆ 15-20 ਦਿਨ ਪਹਿਲਾਂ, ਤੇ ਉਹ ਤੰਗ ਵੀ ਕਰਦਾ ਸੀ ਉਹਨਾਂ ਦੀ ਕੁੜੀ। ਇਹ ਤੇ ਉਹਨੇ ਸਾਨੂੰ ਨਹੀਂ ਦੱਸਿਆ, ਸਾਨੂੰ ਕੋਈ ਕੰਪਲੇਂਟ ਨਹੀਂ ਕੀਤੀ, ਤੇ ਉਹਦੇ ਮਦਰ ਕਹਿ ਰਹੇ ਸੀ ਕਿ ਸਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ। ਉਹ ਇੱਥੇ ਦੇਖਿਆ ਸੀਗਾ, ਇੱਥੇ ਪਹਿਲਾਂ ਪੜ੍ਹਦਾ ਸੀਗਾ, ਪਰ ਇੱਥੇ ਉਹਨੂੰ ਦੇਖਿਆ ਸੀਗਾ ਕਿਸੇ ਟੀਚਰ ਨੇ। ਉਹ ਸ਼ਾਇਦ 9th ਦਾ ਹੀ ਸੀ, ਉਹ ਵੀ ਉਹ ਸਕੂਲ 'ਚ ਨਹੀਂ, ਉਹਦਾ ਨਾਂ ਕੱਟ ਦਿੱਤਾ ਗਿਆ ਸੀਗਾ। ਕਿਸ ਵਜ੍ਹਾ ਨਾਲ ਉਹਦਾ ਨਾਂ ਕੱਟਿਆ ਗਿਆ? ਉਹ ਬੱਚੇ ਦਾ ਨਹੀਂ ਸੀ ਠੀਕ, ਪੜ੍ਹਦਾ ਨਹੀਂ ਸੀਗਾ, ਇਨਡਿਸਿਪਲਿਨ ਕ੍ਰੀਏਟ ਕਰਦਾ ਸੀਗਾ, ਗੈਰ ਹਾਜ਼ਰ ਰਹਿੰਦਾ ਸੀ। ਕਿ ਜਿਹੜੀ ਅੰਸ਼ਕਾ ਨਾਮ ਦੀ ਲੜਕੀ ਹੈਗੀ ਆ, ਉਹਨੂੰ ਉਹ ਲੜਕਾ ਉਹਨਾਂ ਨੂੰ ਬਹੁਤ ਤੰਗ ਕਰਦਾ ਸੀ। ਨਹੀਂ, ਫਿਰ ਸਾਨੂੰ ਦੱਸਣਾ ਚਾਹੀਦਾ ਸੀ ਜਾਂ ਪੇਰੈਂਟਸ ਨੂੰ ਬਾਦਰ ਕਰਨਾ ਚਾਹੀਦਾ ਸੀ, ਮੈਨੂੰ ਦੱਸਣਾ ਚਾਹੀਦਾ ਸੀ, ਹੈਨਾ? ਮੈਨੂੰ ਦੱਸਣਾ ਚਾਹੀਦਾ ਸਕੂਲ ਵੱਲੋਂ ਕੀ ਇਹਦੇ ਤੇ? ਅਸੀਂ ਬੜੇ ਵਰੀਡ ਹਾਂ ਜਦ ਤੱਕ ਬੱਚੀਆਂ ਮਿਲ ਨਹੀਂ ਜਾਂਦੀਆਂ, ਕਿਉਂਕਿ ਉਹ ਬੱਚੀਆਂ ਮੇਰੇ ਸਕੂਲ ਪੜ੍ਹਦੀਆਂ ਆ ਅਤੇ ਮੈਂ ਤਾਂ ਬੜੀ ਫਿਕਰਮੰਦ ਹਾਂ ਜਦ ਤੱਕ ਮਿਲ ਨਹੀਂ ਜਾਂਦੀਆਂ। ਤੁਹਾਡੇ ਉਹਨਾਂ ਦੇ ਮਾਪਿਆਂ ਨਾਲ ਗੱਲ ਹੋਈ? ਹੋਈ ਆ, ਬੜੇ ਅਪਸੈਟ ਸੀਗੇ ਉਹ, ਅਤੇ ਮੈਂ ਉਹਨਾਂ ਨੂੰ ਕਿ ਅਪਸੈਟ ਨਾ ਹੋਵੋ, ਆਪਾਂ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਬੱਚੀਆਂ ਆਪਣੀ ਕਿਸੇ ਫਰੈਂਡ ਦੇ ਘਰ ਹੀ ਬੈਠੀਆਂ ਹੋਣਗੀਆਂ। ਇਸ ਬਾਰੇ ਪੁਲਿਸ ਨਾਲ ਕੋਈ ਤੁਹਾਡੀ ਗੱਲ ਹੋਈ? ਪੁਲਿਸ ਨੂੰ ਮੇਰੇ ਨਾਲ ਨਹੀਂ ਕੋਈ ਗੱਲ ਹੋਈ, ਪੁਲਿਸ ਨੂੰ ਸ਼ਾਇਦ ਉਹਨਾਂ ਨੇ ਇਨਫੋਰਮ ਕੀਤਾ। ਮੈਂ ਤਾਂ ਜੇ ਕੋਸ਼ਿਸ਼ ਮਤਲਬ ਕਰ ਹੀ ਰਹੀ ਸੀਗੀ ਕਿ ਪਤਾ ਕਰੀਏ ਉਹਦੀ ਕਿਹੜੀ ਫਰੈਂਡ ਆ, ਕਿਹਦੇ ਘਰ ਜਾ ਸਕਦੀ ਹਾਂ, ਉਹਨਾਂ ਦਾ ਘਰ ਨੇੜੇ ਕਿਹੜਾ ਹੈ, ਮੈਂ ਇਹ ਕੋਸ਼ਿਸ਼ ਕਰ ਰਹੀ ਸੀਗੀ।
ਤੇ ਉਹ ਫਿਰ ਉਹ ਪੁਲਿਸ ਨੂੰ ਮੇਰੇ ਖਿਆਲ ਉਹਨਾਂ ਦੇ ਪੇਰੈਂਟਸ ਨੇ ਇਨਫੋਰਮ ਕੀਤਾ ਤੁਹਾਡੇ ਮਤਲਬ ਪੁਲਿਸ ਵਾਲੇ ਨਾਲ ਇਹ ਤਾਂ ਕੋਈ ਗੱਲਬਾਤ ਨਹੀਂ ਨਹੀਂ ਆਏ ਸੀਗੇ ਪੁੱਛ ਰਹੇ ਸੀ ਜਿਵੇਂ ਉਹ ਵੀ ਬਈ ਮੈਡਮ ਇਹਨਾਂ ਕਦੋਂ ਗਈਆਂ ਕਿਵੇਂ ਹੋਇਆ ਇਹੋ ਜੀਆਂ ਗੱਲਾਂ ਤਾਂ ਹੋਈਆਂ ਸਾਰੀ ਪੁੱਛ ਰਹੇ ਨੇ ਹਾਂ ਆਪਣਾ ਨਾਮ ਕੀ ਹੈ ਮੇਰਾ ਨਾਮ ਬਰਜਿੰਦਰ ਹਾਂ ਬਰਜਿੰਦਰ ਕੌਰ ਮੈਡਮ ਪੁਲਿਸ ਨੇ ਇੱਕ ਬੱਚਾ ਰਾਉਂਡ ਅਪ ਵੀ ਕੀਤਾ ਹਾਂਜੀ ਉਹਨਾਂ ਨੇ ਦੱਸਿਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹ ਉਹੀ ਬੱਚਾ ਜਿਹੜਾ ਰੈਸਟੀਗੇਟ ਕੀਤਾ ਹੈ ਉਹ ਬੱਚਾ ਉਹਦੇ ਜਿਹੜੇ ਲੜਕੀ ਦੇ ਮੇਰਾ ਖਿਆਲ ਬ੍ਰਦਰ ਸੀਗਾ ਉਹ ਲੈ ਕੇ ਆਇਆ ਸੀਗਾ ਅਤੇ ਉਹਨੂੰ ਫਿਰ ਉਹਨਾਂ ਪੁੱਛਿਆ ਉਸ ਬੱਚੇ ਨੇ ਦੱਸਿਆ ਬਈ ਇੱਥੇ ਇੱਕ ਸੀਗਾ ਸਾਡੇ ਇੱਕ ਟੀਚਰ ਹਰਿੰਦਰਪਾਲ ਆ ਉਹਨਾਂ ਨੇ ਦੱਸਿਆ ਵੀ ਮੈਂ ਬਾਹਰ ਦੇਖਿਆ ਸੀ ਉਹਨੂੰ ਉਹਨਾਂ ਨੇ ਫਿਰ ਉਹਦੇ ਉਹਨਾਂ ਦੇ ਦੱਸਣ 'ਤੇ ਹੀ ਉਸ ਬੱਚੇ ਨੂੰ ਫੜਿਆ ਸੀਗਾ ਲੈ ਕੇ ਗਿਆ ਲੜਕੀਆਂ ਉੱਥੋਂ ਨਿਕਲੀਆਂ ਸਕੂਲ ਤੋਂ ਤੇ ਆਪਣੇ ਘਰ ਨਹੀਂ ਪਹੁੰਚੀਆਂ ਜਿਨ੍ਹਾਂ ਦੀ ਭਾਲ ਜਾਰੀ ਹੈ ਅਸੀਂ ਉਹਨਾਂ ਨੂੰ ਲੱਭ ਰਹੇ ਨੇ ਉਹਦੀਆਂ ਫਰੈਂਡਸ ਦੇ ਘਰੇ ਆਸੇ ਪਾਸੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਦੇ ਹਾਂ ਜੋ ਵੀ ਸੁਰਾਗ ਲੱਗ ਗਿਆ ਫਿਰ ਨੈਕਸਟ ਅਸੀਂ ਤਫਤੀਸ਼ ਲੈ ਆਵਾਂਗੇ ਸਰ ਕਿੰਨਵੀਂ ਕਲਾਸ ਦੀ ਕੁੜੀਆਂ ਕਿੰਨੇ ਸਾਲ ਦੀਆਂ ਇਹ ਨਾ 9ਵੀਂ ਕਲਾਸ ਦੀਆਂ ਲੜਕੀਆਂ ਨੇ ਤੇ 14 ਸਾਲ ਦੇ ਕਰੀਬ ਇਹਨਾਂ ਦੀ ਏਜ ਹੈਗੀ ਹੈ ਇਹ ਕਿੰਨੀਆਂ ਕੁੜੀਆਂ ਗਏ ਹੋਈਆਂ ਸਰ ਇਹ ਦੋ ਗਈਆਂ ਨੇ ਦੋਨੋਂ ਫਰੈਂਡਸ ਨੇ ਇੱਕੋ ਕਲਾਸ ਦੀਆਂ ਨੇ ਤੇ ਬਾਕੀ ਅਸੀਂ ਭਾਲ ਕਰ ਰਹੇ ਹਾਂ ਉਮੀਦ ਹੈ ਜਲਦੀ ਅਸੀਂ ਲੱਭ ਲਾਂਗੇ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे